ਵੀਜ਼ਾ ਰਿਜੈਕਟ ਹੋਇਆ ਤਾਂ ਮਾਰ ਦਿੱਤਾ ਟਰੈਵਲ ਏਜੰਟ। ਟਰੈਵਲ ਏਜੰਟ ਦਾ ਬੇਰਹਿਮੀ ਨਾਲ ਕਰਤਾ ਕਤਲ। ਵਿਦੇਸ਼ ਭੇਜਣ ਲਈ ਟਰੈਵਲ ਏਜੰਟ ਨੂੰ ਦਿੱਤੇ ਸਨ 20 ਲੱਖ ਰੁਪਏ। ਵੀਜ਼ਾ ਨਾ ਲੱਗਿਆ ਤਾਂ ਸਾਥੀਆਂ ਨਾਲ ਮਿਲ ਕੇ ਕੀਤਾ ਕਤਲ। ਵਿਦੇਸ਼ ਭੇਜਣ ਦੇ ਨਾਂ ਤੇ ਆਏ ਦਿਨ ਠੱਗੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਕਪੂਰਥਲਾ ਤੋਂ, ਜਿੱਥੇ ਇੱਕ ਟਰੈਵਲ ਏਜੰਟ ਦਾ ਸ਼ਰੇਆਮ ਬਾਜ਼ਾਰ ਦੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਜਿਸ ਦਾ ਵੀਜ਼ਾ ਰਿਜੈਕਟ ਹੋ ਗਿਆ ਸੀ ਉਸ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਤਾਂ ਦੱਸ ਦਈਏ ਕਿ ਹਰਪ੍ਰੀਤ ਬੰਟੀ ਜੋ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ ਤੇ ਕਪੂਰਥਲਾ ਪੁਲਿਸ ਦੇ ਮੁਤਾਬਕ ਇੱਕ ਸ਼ਖਸ ਦੇ ਵੱਲੋਂ ਉਸ ਨੂੰ ਕਰੀਬ 20 ਲੱਖ ਰੁਪਏ ਵਿਦੇਸ਼ ਭੇਜਣ ਤੇ ਲਈ ਦਿੱਤੇ ਗਏ ਸੀ ਤਾਂ ਇਸ ਦੌਰਾਨ ਸੰਬੰਧਿਤ ਵਿਅਕਤੀ ਦਾ ਵੀਜ਼ਾ ਰਿਜੈਕਟ ਹੋ ਗਿਆ, ਜਿਸ ਤੋਂ ਬਾਅਦ ਉਸਨੇ ਰੰਜਿਸ਼ ਦੇ ਚੱਲਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਟਰੈਵਲ ਏਜੰਟ ਹਰਪ੍ਰੀਤ ਬੰਟੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ। ਇਹਨੂੰ ਜਿਸ ਬੰਦੇ ਕੋ ਮਾਰਾ ਹੈ ਉਹਦੇ ਉਹਨੂੰ ਇਹਨੇ 15-20 ਲੱਖ 25 ਲੱਖ ਰੁਪਇਆ ਦਿੱਤਾ ਸੀ ਵਿਦੇਸ਼ ਜਾਣ ਵਾਸਤੇ, ਪਰ ਕੁਛ ਕਰਕੇ ਕੋਈ ਪ੍ਰੋਬਲਮ ਕਰਕੇ ਇਹਦਾ ਵੀਜ਼ਾ ਨਹੀਂ ਲੱਗਾ। ਤੋ ਇਸ ਕਰਕੇ ਉਹ ਪਰਸਨਲ ਇਨਮਿਨਿਟੀ ਰੱਖਦੇ ਸੀ, ਉਹ ਬਾਰ ਬਾਰ ਉਹਨੂੰ ਹਰਾਸ ਕਰਦੇ ਸੀ ਕਿ ਤੂੰ ਤੁਸੀਂ ਡਾਕੂਮੈਂਟੇਸ਼ਨ ਤੁਸੀਂ ਸਾਡਾ ਕਰਕੇ ਉਹਦੇ ਬਾਅਦ ਵੀ ਸਾਨੂੰ ਬਾਹਰ ਨਹੀਂ ਭੇਜਿਆ, ਵਿੱਚ ਮੈਂ 2-4 ਬੰਦੋ ਕੀ ਆਲ ਇਨਵੋਲਵਮੈਂਟ ਹੈ ਜਿਹਦੇ ਵਿੱਚ ਅਸੀਂ ਵੱਖਰਾ ਪਰਚਾ ਕਰਾਂਗੇ। ਇਸ ਕਰਕੇ ਇਹਨੇ ਆਪਣੇ ਜੀਜਾ ਨੂੰ ਬੁਲਾਇਆ ਜਿਹੜਾ ਹੈਗਾ ਲੋਕੇਸ਼ ਚਿੰਕੀ, ਔਰ ਇਹ ਸਾਰੇ ਇਕੱਠੇ ਹੋ ਕੇ ਇਹਨੇ 2-4 ਮੁੰਡੇ ਔਰ ਬੁਲਾਏ, ਉੱਥੇ ਤੇਜ਼ ਹਥਿਆਰ ਇਹ ਲੈ ਕੇ ਆਏ ਪਹੁੰਚੇ, ਉੱਥੇ ਲੜਾਈ ਹੋਈ। ਲੜਾਈ ਕਰਕੇ ਫਿਰ ਉੱਥੇ ਡਿਊਰਿੰਗ ਸਕਫਲ ਇਹਨਾਂ ਨੇ ਹਰਪ੍ਰੀਤ ਨੂੰ ਮਾਰ ਦਿਆ। ਹੁਣ ਤੱਕ ਅਰੈਸਟ 2 ਬੰਦੇ ਹੈ ਜਿਹੜੇ ਮੇਨ ਆਰੋਪੀ ਹੈ ਉਹ ਅਰੈਸਟ ਕੀਤੇ ਹੈ, ਸਾਡੇ 2 ਬੰਦੇ ਅਬਸਕੌਂਡਰ ਹੈ, ਫਰਦਰ ਇਨਵੈਸਟੀਗੇਸ਼ਨ ਇਜ਼ ਔਨ, ਜੋ ਜੋ ਵੀ ਜਿਹਨਾਂ ਦਾ ਵੀ ਰੋਲ ਆਏਗਾ ਸਾਹਮਣੇ, ਅਗਰ ਸਾਨੂੰ ਜ਼ਰੂਰਤ ਪਏਗੀ ਤਾਂ ਸੈਪਰੇਟ ਪਰਚਾ ਵੀ ਕਰਾਂਗੇ।